ਮਹਿਲਾ ਆਯੋਗ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਗੁਰਦਾਸਪੁਰ ਪਹੁੰਚੀ। ਮਨੀਸ਼ਾ ਗੁਲਾਟੀ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਪੀੜਿਤ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਮਨੀਸ਼ਾ ਗੁਲਾਟੀ ਨੇ ਪੁਲਿਸ ਅਧਿਕਾਰੀਆਂ ਨੂੰ ਕਈ ਤਰ੍ਹਾਂ ਦੇ ਆਦੇਸ਼ ਦਿੱਤੇ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅੱਜ ਮੈਂ ਲੋਕਾਂ ਨੂੰ ਮਿਲਣ ਆਈ ਹਾਂ। 3 ਜ਼ਿਲ੍ਹਿਆਂ ਦੇ SSP ਬੈਠੇ ਹੋਏ ਹਨ ਅਤੇ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਆਈ ਹਾਂ। ਉਹਨਾਂ ਕਿਹਾ ਕਿ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਹਨ। ਕੁਝ ਗੱਲਾਂ ਅਧਿਕਾਰੀਆਂ ਦੇ ਵੱਲੋਂ ਵੀ ਕਹੀਆਂ ਗਈਆਂ ਹਨ। ਮਹਿਲਾਵਾਂ ਉੱਤੇ ਕਈ ਤਰ੍ਹਾਂ ਦੀਆਂ ਤਸ਼ੱਦਦਾਂ ਹੁੰਦੀਆਂ ਹਨ, ਉਹਨਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਜਿਹੜੇ ਲੋਕਾਂ ਨੂੰ ਪੁਲਿਸ ਵੱਲੋਂ ਇਨਸਾਫ ਨਹੀਂ ਮਿਲਦਾ, ਉਹਨਾਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਹਨਾਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਇਆ ਜਾਵੇ। ਉਹਨਾਂ ਦੇ ਵੱਲੋਂ ਇੱਕ ਬਿੱਲ ਵੀ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਹ ਬਿੱਲ ਵਿਧਾਨ ਸਭਾ ਵਿੱਚ ਲਿਆਇਆ ਜਾਵੇਗਾ। ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਧਰਨਿਆਂ ਵਿੱਚ ਮਹਿਲਾਵਾਂ ਨਾਲ ਬਦਸਲੂਕੀ ਹੁੰਦੀ ਹੈ, ਉਹਨਾਂ ਧਰਨਿਆਂ ਦਾ ਕਿਤੇ ਨਾ ਕਿਤੇ ਸਿਆਸੀਕਰਨ ਹੋ ਜਾਂਦਾ ਹੈ। ਅਸੀਂ ਉਸ ਉੱਪਰ ਧਿਆਨ ਦੇ ਰਹੇ ਹਾਂ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ। ਅੱਜ ਸਾਡੇ ਗੁਰਦਾਸਪੁਰ ਵਿੱਚ ਜਸਟ ਸਾਡੇ ਸੀਨੀਅਰ ਆਫੀਸਰਸ ਨਾਲ ਸਾਡੀ ਇੱਕ ਮੀਟਿੰਗ ਸੀ ਕਿ ਸਾਨੂੰ ਬਹੁਤ ਸਾਰੀਆਂ ਕੰਪਲੇਂਟਸ, ਪੂਰੇ ਪੰਜਾਬ 'ਚ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਨੇ ਅਤੇ ਸਾਡੇ ਆਫੀਸਰਸ ਉੱਤੇ ਵੀ ਬਹੁਤ ਬਰਡਨ ਹੈ। ਉਸ ਰਿਗਾਰਡਿੰਗ ਹੀ ਸੀ ਕਿ ਚਲੋ ਲੋਕਾਂ ਨੂੰ ਵੀ ਮਿਲ ਦਿੱਤਾ ਜਾਏਗਾ ਅਤੇ ਕੁਛ ਸੁਜੈਸ਼ਨਸ ਸਾਡੇ ਆਫੀਸਰਸ ਵੱਲੋਂ ਵੀ ਦਿੱਤੀਆਂ ਗਈਆਂ ਜਿਹੜੀਆਂ ਸਮੇਂ ਦੇ ਨਾਲ ਜ਼ਰੂਰਤ ਹੈ, ਸਟਾਫ ਦੀ ਵੀ ਕਮੀ ਹੈ। ਇਸ ਰਿਗਾਰਡਿੰਗ ਦੀ ਮੀਟਿੰਗ ਸੀ ਨਹੀਂ, ਕੋਈ ਮੈਂ ਪਰਟੀਕੁਲਰ ਸ਼ਿਕਾਇਤ ਕਰਕੇ ਨਹੀਂ ਇੱਥੇ ਆਈ, ਪਰ ਸੀਨੀਅਰ ਸਿਟੀਜ਼ਨਸ ਤੋਂ ਰਿਲੇਟਿਡ ਕੁਛ ਮੁੱਦੇ ਸਨ ਜਿਹੜੇ ਬੜੇ ਸੈਂਸਿਟਿਵ ਨੇ। ਉਹਨਾਂ 'ਤੇ ਇੱਕ ਜਿਹੜਾ ਪਿੱਛੇ ਮਾਤਾ ਜੀ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਅੱਜ ਉੱਥੇ ਮੇਰੀ ਉਹਨਾਂ ਦੇ ਨਾਲ ਵਿਜ਼ਿਟ ਵੀ ਹੈ ਅਤੇ DC ਸਾਹਿਬ ਨੂੰ ਵੀ ਇੱਕ ਰਿਕੁਐਸਟ ਕੀਤੀ ਗਈ ਹੈ ਕਿ ਕਈ ਵਾਰੀ ਕੁਛ ਸ਼ਿਕਾਇਤਾਂ ਕਿਉਂਕਿ ਕੰਮ ਦੇ ਪ੍ਰੈਸ਼ਰ ਕਰਕੇ ਵੀ ਇਹਨਾਂ ਤੱਕ ਨਹੀਂ ਅਪਰੋਚ ਹੋ ਪਾਉਂਦੀਆਂ, ਜਾਂ ਕੁਛ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਕਾਨੂੰਨ ਬਾਰੇ ਪਤਾ ਹੀ ਨਹੀਂ ਹੈਗਾ। ਅਤੇ SDM ਸਾਹਿਬ ਦੀ ਡਿਊਟੀ ਲਗਾਈ ਗਈ ਹੈ, ਅਵੇਅਰਨੈਸ ਹੋਏਗੀ ਇਹਦੇ 'ਤੇ। ਹੋਰ ਇੱਕ ਬੜੀ ਸੋਹਣੀ ਗੱਲ DC ਸਾਹਿਬ ਨੇ ਦੱਸੀ ਕਿ ਜਿਹੜਾ ਇੱਕ ਲਾਅ ਬਣਿਆ ਹੋਇਆ ਪੇਰੈਂਟਸ ਦੀ ਪ੍ਰੋਪਰਟੀ ਨੂੰ ਕੈਂਸਲ ਕਰਵਾ ਕੇ ਜਿਹੜੀ ਬੱਚਿਆਂ ਦੇ ਨਾਮ ਕਰ ਦਿੱਤੀ ਜਾਂਦੀ ਹੈ, ਉਹ ਇਹਨਾਂ ਦਾ ਹੈ ਕਿ ਇਹਦੇ 'ਤੇ ਹੁਣ ਸਪੈਸ਼ਲ ਕੰਮ ਕੀਤਾ ਜਾਏਗਾ। ਜਿਹੜੀ ਮਾਤਾ ਜੀ ਦਾ ਵੀ ਪ੍ਰੋਪਰਟੀ ਵਾਲਾ ਕੇਸ ਹੈ, ਇਹਨਾਂ ਦੇ ਧਿਆਨ ਵਿੱਚ ਮੈਟਰ ਲਿਆ ਦਿੱਤਾ ਗਿਆ ਹੈ ਕਿ ਕਿਸੇ ਦੀ ਰਿਸਪੋਂਸੀਬਿਲਿਟੀ ਲਗਾ ਦਿੱਤੀ ਜਾਏਗੀ ਕਿ ਮਾਤਾ ਜੀ ਦੀ ਜ਼ਮੀਨ ਦਾ ਜਿਹੜਾ ਉਹਨਾਂ ਦੇ ਨਾਮ ਵਾਪਿਸ ਕਰਵਾ ਕੇ ਹੋਰ ਠੇਕੇ 'ਤੇ ਦੇ ਕੇ ਅਤੇ ਐਡਮਿਨਿਸਟ੍ਰੇਸ਼ਨ ਸਾਡਾ ਸਾਨੂੰ ਹੈਲਪ ਕਰੇਗਾ। ਬਾਕੀ ਪੰਜਾਬ ਦੇ ਜਿਹੜੇ ਆਪਾਂ ਅੱਜ 4 ਜ਼ਿਲ੍ਹਿਆਂ ਦੇ ਵੁਮੈਨਸ ਹੈਲਥ ਦੇ ਇੰਚਾਰਜ ਵੀ ਬੁਲਾਏ ਸੀ, 4 SSP ਵੀ ਇੱਥੇ ਅਵੇਲੇਬਲ ਨੇ। ਆਲਰੇਡੀ ਬਹੁਤ ਅੱਛਾ ਸਾਡੇ ਬੜੇ ਉਮਦਾ ਆਫੀਸਰ ਨੇ, ਪਹਿਲੇ ਵੀ ਜਿਹੜੇ ਡਿਸਟ੍ਰਿਕਟ 'ਚ ਰਹੇ ਨੇ, ਬੜਾ ਅੱਛਾ, ਮੈਂ ਸਭ ਨੂੰ ਜਾਣਦੀ ਹਾਂ, ਬੜਾ ਅੱਛਾ ਕੰਮ ਕਰਦੇ ਆਏ ਨੇ। ਕੁਛ ਇਹਨਾਂ ਦੀ ਸੁਜੈਸ਼ਨ ਸਨ, ਕੁਛ ਸਾਡੀਆਂ ਸੁਜੈਸ਼ਨ ਸੀ। ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਸਾਰੇ ਮਿਲ ਕੇ ਬਹੁਤ ਵਧੀਆ ਕੰਮ ਕਰਨਗੇ। ਦੇਖੋ ਇਹ ਜਿਹੜੇ ਕੁਛ ਸ਼ਰਾਰਤੀ ਤੱਤਵ ਹੈਗੇ ਨੇ ਨਾ, ਜਿਹੜੇ ਸਾਡੇ ਸਿਸਟਮ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਦੇ ਲਈ ਅੱਜ ਤੱਕ ਕੋਈ ਵੀ ਭਾਰਤ ਸਰਕਾਰ ਇੱਦਾਂ ਦਾ ਇਹਨੂੰ ਟ੍ਰੋਲਿੰਗ ਹੀ ਚਾਹੁੰਦਾ ਹੈ, ਟ੍ਰੋਲਿੰਗ ਔਰ ਹਰਾਸਮੈਂਟ ਹੈ, ਵੀ ਕੋਈ ਕਾਨੂੰਨ ਨਹੀਂ ਆ ਸਕਿਆ। ਪਰ ਸਾਡੀ ਕਮਿਸ਼ਨ ਨੇ ਹੁਣ ਇੱਕ ਇੱਦਾਂ ਇੱਕ ਲਾਅ ਤਿਆਰ ਕੀਤਾ, ਬਿੱਲ ਤਿਆਰ ਕੀਤਾ। ਆਪਾਂ ਸਰਕਾਰ ਨੂੰ, ਮੇਰੀ CM ਸਾਹਿਬ ਨਾਲ ਪਰਸੋਂ ਮੀਟਿੰਗ ਹੋਈ ਹੈ, ਇੱਕ ਬਿੱਲ ਪੇਸ਼ ਕੀਤਾ ਜਾਏਗਾ, ਕੋਸ਼ਿਸ਼ ਕੀਤੀ ਜਾਏਗੀ ਕਿ ਜਲਦ ਤੋਂ ਜਲਦ ਇਹ ਟ੍ਰੋਲਿੰਗ ਉੱਤੇ ਬਿੱਲ ਆ ਰਿਹਾ ਪਾਸ ਹੋ ਜਾਵੇ ਕਿ ਜਿਹਦੇ ਨਾਲ ਸਾਡੀਆਂ ਜਿਹੜੀਆਂ ਸਾਡੀ ਸਮਾਜ ਵਿੱਚ ਸਾਡੀਆਂ ਭੈਣਾਂ ਨੇ, ਧੀਆਂ ਨੇ, ਈਵਨ ਮੇਲ ਕਮਿਊਨਿਟੀ ਵੀ ਕਈ ਵਾਰੀ ਜਿਹੜੇ ਬੰਦੇ ਸਹੀ ਹੁੰਦੇ ਨੇ ਉਹ ਵੀ ਟ੍ਰੋਲ ਹੋ ਜਾਂਦੇ ਨੇ, ਅਤੇ ਇਹਦਾ ਬੈਨੀਫਿਟ ਸਾਡੀ ਸਾਰੀ ਕਮਿਊਨਿਟੀ ਨੂੰ ਹੋਏਗਾ ਔਰ ਡੈਫੀਨੇਟਲੀ ਇਹਦਾ ਕਿਤੇ ਨਾ ਕਿਤੇ ਬੈਨੀਫਿਟ ਸਾਡੀ ਅਫਸਰਸ਼ਾਹੀ ਨੂੰ ਹੀ ਹੋਏਗਾ, ਕਿਉਂਕਿ ਅੱਜ ਸਾਡੇ ਆਫੀਸਰਸ ਉੱਤੇ ਕੋਵਿਡ ਦੀ ਸਿਚੁਏਸ਼ਨ ਕਰਕੇ ਵੀ, ਚਾਹੇ ਉਹ DC ਸਾਹਿਬ ਹੋਣ, ਚਾਹੇ ਸਾਡੇ SDM ਹੋਣ, ਚਾਹੇ ਸਾਡੇ ਪੁਲਿਸ ਕਮਿਸ਼ਨਰ ਹੋਣ, ਸਾਡੇ SSP ਹੋਣ, ਬਹੁਤ ਸਾਰਾ ਬਰਡਨ ਹੈ। ਕੁਛ ਸ਼ਿਕਾਇਤਾਂ ਡਾਇਰੈਕਟ ਇਹਨਾਂ ਤੱਕ ਅਪਰੋਚ ਲੋਕ ਨਹੀਂ ਵੀ ਕਰ ਪਾਉਂਦੇ ਔਰ ਨਹੀਂ ਪਹੁੰਚ ਪਾਉਂਦੀਆਂ, ਅਤੇ ਉਮੀਦ ਹੈ ਕਿ ਇਸ ਲਾਅ ਦੇ ਆਉਣ ਨਾਲ ਸਭ ਨੂੰ, ਸਾਨੂੰ ਬੜਾ ਸਪੋਰਟ ਮਿਲੇਗਾ, ਸਰਕਾਰ ਨੂੰ ਵੀ ਸਪੋਰਟ ਮਿਲੇਗਾ। ਦੇਖੀ ਅਭੀ ਤੋਂ ਬਿੱਲ ਤਿਆਰ ਹੋਇਆ ਹੈ, ਅਭੀ ਇੱਕ ਡਿਸਕਸ਼ਨ ਹੋਇਆ CM ਸਾਹਿਬ ਕੇ ਸਾਥ, ਥੋੜ੍ਹਾ ਸਾ ਟਾਈਮ ਜ਼ਰੂਰ ਲੱਗੇਗਾ। ਆਪ ਵੀ ਸਮਝਤੇ ਹੈ ਕਿ ਇੱਕ ਬਿੱਲ ਕੋ ਲਾਨਾ ਸੰਸਦ ਉਸਮੇ ਵਿਧਾਨ ਸਭਾ ਮੇਂ ਪਾਸ ਕਰਵਾਨਾ ਇੱਕ ਲੈਂਥੀ ਪ੍ਰੋਸੈਸ ਹੋਤਾ ਹੈ, ਤੋ ਉਮੀਦ ਹੈ ਸਪੈਸ਼ਲ ਸਤਰ ਬੁਲਾਨਾ ਪੜੇਗਾ। CM ਸਾਹਿਬ ਬਹੁਤ ਖੁਸ਼ ਹੈ ਕਿ ਕਮਿਸ਼ਨ ਇੱਕ ਐਸਾ ਬਿੱਲ ਲੈ ਕੇ ਆ ਰਹਾ ਹੈ, ਉਮੀਦ ਕਰਤੇ ਹੈ ਜਲਦੀ ਪਾਸ ਹੋ ਜਾਏਗਾ।
ਬਹੁਤਾ ਟੂਰਾ ਨਾ ਨਹੀਂ ਜੀ ਕਿ ਕਈ ਵਾਰੀ ਇਹ ਹੁੰਦਾ ਕਿ ਲੇਡੀ ਜਾਂ ਕੁਝ ਸ਼ਿਕਾਇਤਾਂ ਹੁੰਦੀਆਂ ਪਰ ਅਧਿਕਾਰੀ ਉਹਦੇ ਉੱਤੇ ਕੋਈ ਕਮੀ ਨਹੀਂ ਕਰਦੇ ਕੁਛ ਅਧਿਕਾਰੀਆਂ ਦੇ ਕੋਲ ਜਾਂਦੇ ਨੇ ਜਾਂ ਤੁਹਾਡੇ ਤੱਕ ਅਪਰੋਚ ਕਰਦੇ ਆ ਤੇ ਇਦਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਉਸ ਆਫੀਸਰ ਦੇ ਉੱਤੇ ਜੇ ਇਦਾਂ ਦਾ ਕੁਛ ਹੋਏਗਾ ਤੇ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਏਗੀ ਦੇਖੋ ਪਰਫੈਕਸ਼ਨ ਕਿਸੇ ਚੀਜ਼ 'ਚ ਵੀ ਨਹੀਂ ਹੁੰਦੀ ਕਿਸੇ ਸਰਕਾਰ 'ਚ ਨਹੀਂ ਹੁੰਦੀ ਜਿਹੜੇ ਸਾਡੇ ਹਿਊਮਨ ਰਿਲੇਸ਼ਨਸ਼ਿਪ ਹੈ ਇਹਦੇ 'ਚ ਪੁਲਿਸ ਦਾ ਕਮਿਸ਼ਨ ਦਾ ਜਾਂ ਗਵਰਨਮੈਂਟ ਦਾ ਰੋਲ ਨਹੀਂ ਹੁੰਦਾ ਜਿਹੜੀਆਂ ਸ਼ਿਕਾਇਤਾਂ ਨੇ ਆਪਾਂ ਲੋਕ ਸੈਟਿਸਫਾਈਡ ਕੋਈ ਵੀ ਨਹੀਂ ਹੋ ਸਕਦਾ ਦੋ ਕੰਪਲੇਨਰਸ ਨੇ ਇੱਕ ਨੂੰ ਤਾਂ ਜਸਟਿਸ ਮਿਲਣਾ ਹੀ ਹੈ ਨਾ ਪਰ ਜਿਹੜੇ ਅੱਛੇ ਆਫੀਸਰ ਨੇ ਪਰਫੈਕਸ਼ਨ ਕਿਸੇ ਵਿੱਚ ਵੀ ਨਹੀਂ ਹੁੰਦੀ ਜੇ ਮੈਂ ਕਹਾਂ ਸਾਰੇ ਹੀ ਪੰਜਾਬ ਦੇ ਆਫੀਸਰ ਬਹੁਤ ਅੱਛਾ ਕੰਮ ਕਰ ਰਹੇ ਨੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਮੈਨੂੰ ਵੀ ਕੁਝ ਸ਼ਿਕਾਇਤਾਂ ਨੇ ਸਰਕਾਰ ਦੀ ਨੌਲੇਜ ਵਿੱਚ ਲਿਆ ਦਿੱਤਾ ਜਾਂਦਾ ਪਰ ਜਿੱਥੇ ਅੱਛੇ ਅਫਸਰ ਨੇ ਜਜ਼ਬਾ ਹੈ ਕੰਮ ਕਰਨ ਦਾ ਅੱਜ ਮੈਂ ਇੱਥੇ ਬੈਠੀ ਹੋਈ ਹਾਂ ਅੱਛੇ ਅਫਸਰਾਂ ਦੇ ਵਿੱਚ ਹੀ ਬੈਠੀ ਹੋਈ ਹਾਂ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸੀ ਕਿ ਜਿੰਨੀਆਂ ਵੀ ਸਾਡੇ ਡੀਸੀ ਸਾਹਿਬ ਨੇ ਪੂਰੀ ਮੀਟਿੰਗ ਨੂੰ ਡੀਸੀ ਸਾਹਿਬ ਨੇ ਹੀ ਕੰਡਕਟ ਕੀਤਾ ਕਿੰਨੀ ਅੱਛੀ ਤਰ੍ਹਾਂ ਇਹਨਾਂ ਨੇ ਬਰੀਫ ਕੀਤਾ ਸਜੈਸ਼ਨ ਨਾਲੋਂ ਨਾਲ ਸਾਡੇ ਆਫੀਸਰਸ ਨੋਟ ਕਰਦੇ ਗਏ ਨੇ ਤੇ ਉਮੀਦ ਹੈ ਜਿੱਥੇ ਹੈ ਕਮੀ ਜ਼ਰੂਰ ਦੂਰ ਕੀਤੀ ਜਾਏਗੀ ਰਾਜਨੀਤੀਕਰਨ ਹੋ ਜਾਂਦਾ ਜਿਹੜੇ ਸ਼ਰਾਰਤੀ ਲੋਕ ਨੇ ਨਾ ਵਿੱਚ ਆ ਕੇ ਸਰਕਾਰਾਂ ਨੂੰ ਬਦਨਾਮ ਕਰਨ ਵਾਸਤੇ ਜੇ ਕੋਈ ਮੈਂ ਬਹੁਤ ਖਿਲਾਫ ਹਾਂ ਮੈਂ ਕਿਸੇ ਨੂੰ ਕਿਸੇ ਵੀ ਪਾਰਟੀ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੀ ਬਟ ਇਹ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਨੇ ਇਹ ਪੁਲਿਸ ਆਫੀਸਰਸ ਜਾਂ ਐਡਮਿਨਿਸਟ੍ਰੇਸ਼ਨ ਨੂੰ ਵਿੱਚ ਬਦਨਾਮ ਕਰ ਦਿੱਤਾ ਬਲਕਿ ਇਸ ਤਰ੍ਹਾਂ ਨਹੀਂ ਹੁੰਦਾ ਕੰਸਰਨ ਸਿਰਫ ਪੀਸ ਤੇ ਸ਼ਾਂਤੀ ਹੁੰਦਾ ਕਾਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਪਰ ਇਹੋ ਜਿਹੇ ਧਰਨਿਆਂ ਨੂੰ ਰਾਜਨੀਤੀਕਰਨ ਹੋ ਜਾਂਦਾ ਜੋ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਔਰ ਸਮੇਂ ਲਈ ਬਹੁਤ ਗਲਤ ਹੈ ਉਮੀਦ ਕਰਦੀ ਹਾਂ ਅੱਛੀ ਲੀਡਰਸ਼ਿਪ ਆਏਗੀ ਸਾਡੀ ਆਉਣ ਵਾਲੀ ਜਨਰੇਸ਼ਨ ਇਸ ਚੀਜ਼ਾਂ ਨੂੰ ਸਮਝੇਗੀ ਸਮੇਂ ਦੇ ਨਾਲ ਇਹ ਚੀਜ਼ਾਂ 'ਚ ਵੀ ਸੁਧਾਰ ਹੋਵੇਗਾ।